ਆਹ ਦੇਖੋ ਸਰ, ਚੰਡੀਗੜ੍ਹ ਦਾ ਬਕਾਇਦਾ ਬੋਰਡ, ਹੁਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ। ਆਹ ਬੋਰਡ ਕੱਢਿਆ ਸੀ ਰੋਪੜ ਬੱਸ ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ। ਆਹ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ ਗਲੋਚ ਕਰ ਰਹੇ ਆ ਬੰਦੇ, ਪ੍ਰਾਈਵੇਟ ਦੇ ਹਾਕਰ ਆ ਗਏ ਇੱਥੇ ਅੱਡੇ ਪਰ। ਆਹ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਬੰਦੇ ਆ, ਸਰਕਾਰੀ ਮੁਲਾਜ਼ਮਾਂ ਨਾਲ ਇੰਸਪੈਕਟਰਾਂ ਨਾਲ ਉਲਝਣ ਲੱਗੇ ਹੋਏ ਆ। ਇੰਸਪੈਕਟਰਾਂ ਨੂੰ ਵੀ ਧੱਕੇ ਮਾਰ ਰਹੇ ਆ ਅਤੇ ਡਰਾਈਵਰ ਕਨੈਕਟਰ ਸਟਾਫ ਨੂੰ ਵੀ, ਪ੍ਰਾਈਵੇਟ ਬੰਦੇ। ਆਹ ਤੁਹਾਡੇ ਸਾਹਮਣੇ ਆ ਕਿੰਨੀ ਧੱਕੇਸ਼ਾਹੀ ਬੱਸ ਸਟੈਂਡ 'ਤੇ ਕੀਤੀ ਜਾ ਰਹੀ ਆ, ਰੋਪੜ ਬੱਸ ਸਟੈਂਡ 'ਤੇ। ਤੁਹਾਡੇ ਸਾਹਮਣੇ ਆ ਦੇਖ ਲਓ, ਇੱਕ ਬੱਸ 'ਚ ਚਾਰ ਚਾਰ ਪੰਜ ਪੰਜ ਹਾਕਰ ਲਈ ਫਿਰਦੇ ਆ ਇਹ। ਉਹ ਹਾਕਰ ਆ ਜਿਹੜੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰਨ। ਆਹ ਸਾਡੇ ਇੰਸਪੈਕਟਰ ਨੂੰ ਵੀ ਗਾਲਾਂ ਕੱਢੀਆਂ, ਹੱਥੋਂ ਬਾਈ ਵੀ ਕਰੀ ਇਹਦੇ ਨਾਲ। ਆਹ ਦੇਖੋ ਜੀ, ਹਾਂਜੀ ਮੈਡਮ, ਕਿਆ ਗੱਲ ਹੋਈ ਜੀ, ਕਿਆ ਗੱਲਬਾਤ ਹੋਈ ਜੀ? ਇਹ ਪ੍ਰਾਈਵੇਟ ਵਾਲੇ ਜੀ? ਆਹ ਦੇਖੋ ਜੀ, ਹਾਂਜੀ ਮੈਡਮ, ਹਾਂਜੀ ਤੁਸੀਂ ਤੁਸੀਂ ਰੋਡ ਵਿੱਚ ਬੈਠਣਾ ਤਾਂ, ਪਰ ਇਹਨੇ ਉੱਪਰ ਚੜਾਤੀ ਤੁਹਾਡੇ ਵਾਸਤੇ ਲੈ ਕੇ ਪ੍ਰਾਈਵੇਟ। ਠੀਕ ਹੈ, ਨਹੀਂ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਹਾਂਜੀ, ਠੀਕ ਹੈ, ਹਾਂਜੀ ਠੀਕ ਹੈ, ਨਹੀਂ ਨਹੀਂ ਬਿਲਕੁਲ ਗਲਤ ਹੈ ਜੀ ਇਹਨਾਂ ਦਾ, ਨਹੀਂ ਕੱਢ ਲਿਆ ਜੀ ਬੈਨਰ ਅਸੀਂ ਕੱਢ ਲਿਆ। ਠੀਕ ਹੈ, ਹਾਂ ਵੀ ਤੁਸੀਂ ਕਦੇ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਹੋਇਆ ਤਾਂ, ਜਦ ਤੁਹਾਡਾ ਟਾਈਮ ਨਹੀਂ ਹੈ ਚੰਡੀਗੜ੍ਹ ਦਾ, ਕਿਉਂ ਬੋਰਡ ਲਾਇਆ ਤਾਂ? ਚੰਡੀਗੜ੍ਹ ਦਾ ਟਾਈਮ ਹੈ ਤੁਹਾਡਾ, ਫਿਰ ਮੋਹਾਲੀ ਦਾ ਟਾਈਮ ਹੈ, ਚੰਡੀਗੜ੍ਹ ਦਾ ਬੋਰਡ ਕਦੇ ਲਾਇਆ? ਨਹੀਂ ਹੈ ਨਹੀਂ, ਪਰ ਪ੍ਰਾਈਵੇਟ ਨੂੰ ਹੈ ਨਹੀਂ ਚੰਡੀਗੜ੍ਹ। ਕਿਆ ਗੱਲਬਾਤ ਹੋਈ ਜੀ? ਪੰਜਾਬ ਰੋਡ ਵਿੱਚ ਵੀ ਪ੍ਰਾਈਵੇਟ 'ਚ ਬੈਠੋ, ਜੋ ਅੱਜ ਰਾਜਧਾਨੀ ਕੰਪਨੀ ਨਾਲ ਸਾਡਾ ਵਿਵਾਦ ਹੋਇਆ ਜੀ ਰੋਡਵੇਜ਼ ਦਾ ਜੀ, ਰੋਪੜ ਦੀ ਗੱਡੀ ਦਾ ਜੀ, ਇਹ ਨਾ ਸਾਡਾ ਟਾਈਮ ਹੈਗਾ ਜੀ ਹੁਸ਼ਿਆਰਪੁਰੋਂ ਚੱਲ ਕੇ ਜੀ ਗੱਡੀ, ਇਹ 9:35 ਜੀ, 9:26 ਤੋਂ 9:35 ਦਾ ਟਾਈਮ ਹੈ ਜੀ। ਉਹ ਪਿਛਲੇ ਯਾਨੀ ਕਿ ਸਾਡੇ ਕੋਲ ਸਟਾਫ ਦੀ ਘਾਟ ਹੋਣ ਕਾਰਨ ਜਾਂ ਬੱਸਾਂ ਦੀ ਕਮੀ ਹੋਣ ਕਾਰਨ ਅਸੀਂ ਉਹ ਟਾਈਮ ਹਾਲੇ ਬੰਦ ਪਿਆ ਤਾ ਜੀ। ਅੱਜ ਗੱਡੀ ਭੇਜੀ ਸੀ ਜੀ, ਅਤੇ ਰਾਜਧਾਨੀ ਵਾਲਿਆਂ ਨੇ ਉੱਥੇ ਝਗੜਾ ਕਰਿਆ ਜੀ, ਕਹਿੰਦੇ ਜੀ ਇਹਨਾਂ ਦਾ ਟਾਈਮ ਹੈਗਾ 9:18 ਦਾ,
ਇਹ 9:18 'ਤੇ ਨਿਕਲਣੇ ਅਤੇ ਇਹ ਕਹਿੰਦੇ ਜੀ ਗੱਡੀ ਤੁਸੀਂ ਕਾਊਂਟਰ ਬੰਨੇ ਜਾਣੀ। ਫਿਰ ਸਾਡੀ ਗੱਡੀ ਚੱਲ ਗਿਆ ਜੀ 9:35 'ਤੇ, 35 ਮਿੰਟ 'ਤੇ ਚੱਲ ਗਿਆ ਜੀ। ਇਹ ਕਹਿੰਦੇ ਜੀ ਸਾਡੀ ਗੱਡੀ ਨੂੰ ਓਵਰਟੇਕ ਨਹੀਂ ਕਰਨਾ। ਫਿਰ ਮਾਲਪੁਰ ਆਣ ਕੇ ਇਹਨਾਂ ਨੇ ਗੱਡੀ ਦੀਆਂ ਟਾਕੀਆਂ ਬੰਦ ਕਰੀਆਂ ਅਤੇ ਸਵਾਰੀਆਂ ਨੂੰ ਲੇਡੀ ਸਵਾਰੀ ਜੋ ਸਰਕਾਰ ਵੱਲੋਂ ਫ੍ਰੀ ਸਬਸਿਡੀ ਕੀਤੀ ਹੋਈ ਆ ਉਹਦੀ ਯਾਨੀ ਕਿ ਉਹਨਾਂ ਨੂੰ ਵੀ ਰੋਕਿਆ ਜੀ ਉਹਨਾਂ ਨੇ। ਉਹਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਆ, ਉਹ ਲੇਡੀ ਸਵਾਰੀ ਕਹਿੰਦੀ ਸਾਡੇ ਕੋਲ ਬੱਸ ਚੜ੍ਹਾਉਣ ਦੀ ਕੋਸ਼ਿਸ਼ ਕਰੀ। ਇਹ ਸਾਡਾ ਮਸਲਾ ਤਾਂ ਜੀ। ਫਿਰ ਇਸ ਲਈ ਇਹ ਗੱਡੀ ਰੋਕ ਕੇ ਜੀ ਇਹਦੇ ਵਿੱਚ ਬਾਕੀ ਵੀਡੀਓ ਵੀ ਬਣਾਈ ਗਈ ਸਾਡੇ ਵੱਲੋਂ ਕਿੰਨੇ ਚੰਡੀਗੜ੍ਹ ਦੇ ਸਵਾਰੀ ਲੈ ਕੇ ਆਏ ਆ। ਆਹ ਚੰਡੀਗੜ੍ਹ ਦਾ ਬੋਰਡ ਆ ਜੀ ਜਿਹੜਾ ਬਾਕੀ ਉੱਧਰ ਹੋਈ ਆ ਉੱਧਰ ਹੋਈ ਆ ਉੱਧਰ ਹੋਈ ਆ ਬਾਕੀ ਜੀ ਇਹਨਾਂ ਦੇ।